जी अस्सलाम वालेकुम, तुहाडा दोस्त राहील अशरफ राहील भाई। मैं हूँ दरवाशी की तरफ जा रहा हूँ। ये साढ़े हवेली चो बाहर निकलते नाल ही निज़ाम आ जाता जी दुकाना का खान पीन दिया मेन इंटरेस्ट जालियाँ इतों जालियाँ बच्चों इधरों सारे बाजार तो सारे आसा आसा खुल रहे ਤੁਹਾਨੂੰ ਇਹਦੀ ਵਿਜ਼ਿਟ ਕਰਵਾਉਂਦੇ ਬਾਅਦ ਚੋਂ ਪਹਿਲੇ ਦਰਬਾਰਸ਼ੀ ਵਾਸਤੇ ਸ਼ੇਰ ਇੱਥੋਂ ਕਿੱਥੇ ਆਪਾਂ ਵਾਵਾ ਪਾਣ ਦੇ ਪਿਆਰ ਇਸ ਤੋਂ ਰਸਤੇ ਕਈ ਦਫ਼ਾ ਕਈ ਸਾਈਡਾਂ ਤੋਂ ਨਿਕਲਦੇ ਆ ਮਗਰ ਇਹ ਜਿਹੜੇ ਮੇਨ ਇੰਟਰਸਟ ਹੈ ਦਰਬਾਰਸ਼ੀ ਦੇ ਬਿਲਕੁਲ ਸਾਹਮਣੇ ਜਾ ਰਹੀ ਹੈ ਇੱਥੇ ਬਿਲਕੁਲ ਸਾਹਮਣੇ ਗਏ ਇੰਟਰਸਟ ਹੈ ਹਰ ਬੰਦਾ ਆਪਣੇ ਆਪਣੇ ਡਿਊਟੀ 'ਤੇ ਲੱਗਾ ਹੋਇਆ ਕੋਈ ਸਫਾਈ 'ਤੇ ਲੱਗਾ ਹੋਇਆ ਕੋਈ ਕੁਛ ਕਰ ਰਿਹਾ ਸਭ ਤੋਂ ਪਹਿਲੇ ਅਸੀਂ ਇੱਥੇ ਮੁਫਤ ਜੁੱਤੇ ਜਮ੍ਹਾਂ ਕਰਵਾਵਾਂਗੇ ਕਿਉਂਕਿ ਇਹਨਾਂ ਦੇ ਕੋਈ ਵੀ ਪੈਸੇ ਨਹੀਂ ਲੈਂਦੇ ਹੈਗੇ ਅਤੇ ਨਾ ਕੋਈ ਪਾਰਕਿੰਗ ਦੇ ਵਿੱਚ ਗੱਡੀ ਮੋਟਰਸਾਈਕਲ ਨਾ ਕੁਛ ਚੀਜ਼ 'ਤੇ ਅਤੇ ਨਾ ਹੀ ਇੱਥੇ ਜੁੱਤੀਆਂ ਜਮ੍ਹਾਂ ਕਰਵਾਉਣ ਸਾਨੂੰ ਟੋਕਨ ਮਿਲ ਗਿਆ ਵਾਪਸੀ ਅਸੀਂ ਇੱਥੇ ਟੋਕਨ ਜਮ੍ਹਾਂ ਕਰਵਾ ਕੇ ਆਪਣੀ ਜੁੱਤੀ ਲਵਾਂਗੇ ਅਤੇ ਵਾਪਸੀ ਆਪਣੀ ਹਵੇਲੀ ਦੀ ਤਰਫ ਪਹਿਲੇ ਅਸੀਂ ਦਰਬਾਰ ਸ਼ਰੀਫ ਵੱਲ ਜਾ ਰਹੇ ਸਰਦੀ ਕਾਫੀ ਹੋਣ ਦੀ ਵਜ੍ਹਾ 'ਚੋਂ ਤਰੇਲ ਪੈ ਕੇ ਧੁੰਦ ਪੈ ਕੇ ਜਿਸ ਤਰ੍ਹਾਂ ਪਾਣੀ ਨੀਚੇ ਇਕੱਠਾ ਹੋਇਆ ਇਸ ਤਰ੍ਹਾਂ ਜਿਸ ਤਰ੍ਹਾਂ ਬਾਰਿਸ਼ ਪਈ ਹੋਈ ਦਰਬਾਰ ਸ਼ਰੀਫ ਦਾ ਇੰਟਰਸ ਗੇਟ ਇਹ ਸਿਰਫ ਵਜ਼ੂ ਖਾਨਾ ਦੀ ਜਗ੍ਹਾ ਇਹ ਤੁਹਾਨੂੰ ਵਾਪਸ ਹੀ ਵਿਜ਼ਿਟ ਕਰਵਾਉਂਦੇ ਸਾਡੇ ਦੋਸਤ ਫਿਆਜ਼ ਭਾਈ ਮਿਲੇ ਸਾਨੂੰ ਜਿਹੜੇ ਮਾਲ ਪਾਕ ਦੇ ਅੰਦਰ ਹੁੰਦੇ ਇਸ 'ਤੇ ਦਰਬਾਰ ਸ਼ਰੀਫ 'ਤੇ ਦੂਸਰੀ ਤਰਫ ਇਹ ਕੁਰਾਨ ਪਾਕ ਮਹਿਲ ਹੈਗਾ ਇੱਥੇ ਲੋਕ ਬੈਠ ਕੇ ਕੁਰਾਨ ਪਾਕ ਵਗੈਰਾ ਪੜ੍ਹਦੇ ਅਤੇ ਨਾਲ ਹੀ ਮਸਜਿਦ ਮਾਸ਼ਾ ਅੱਲਾ ਖੂਬਸੂਰਤ ਤਰੀਨ ਅੰਦਰੋਂ ਵੀ ਇਸੇ ਤਰ੍ਹਾਂ ਹੀ ਬੰਦ ਦਰਬਾਰ ਸ਼ਰੀਫ ਦਾ ਸੇਨ ਮੁਬਾਰਕ ਅੱਜ ਜੁਮਾ ਮੁਬਾਰਕ ਹੈ ਅਤੇ ਲੋਕਾਂ ਦਾ ਕਾਫੀ ਰਸ਼ ਹੋਏਗਾ ਹਜੇ ਸੁਬਹ ਦਾ ਟਾਈਮ ਹੈਗਾ ਹਜੇ ਸਰਦੀ ਦੀ ਵਜ੍ਹਾ ਤੋਂ ਹਜੇ ਕੁਛ ਵੀ ਨਹੀਂ ਹੈ ਇੱਧਰ ਵਜ਼ੂ ਖਾਨੇ ਦੀ ਜਗ੍ਹਾ ਹੈ ਉਹ ਤਲਾਬ
ਜਿੱਥੇ ਲੋਕ ਆਪਣੀ ਮੰਨਤਾਂ ਮੁਰਾਦਾਂ ਵਾਸਤੇ ਕੋਈ ਚੀਜ਼ ਵਾਸਤੇ ਆਉਂਦੇ ਆ, ਪੈਸੇ ਸਿੱਟਦੇ, ਕੋਈ ਸੋਨਾ ਚਾਂਦੀ, ਕੋਈ ਮੁਖਤਲਿਫ ਚੀਜ਼ਾਂ। ਇਸ ਟਾਈਮ 'ਤੇ ਤਲਾਬ ਦੀ ਸਫਾਈ ਹੋਈ ਅਤੇ ਬਾਕੀ ਐਂ ਦੇਖ ਸਕਦੇ ਹਾਂ। ਬਹੁਤ ਸਾਰੇ ਲੋਕ ਆਉਂਦੇ ਦਰਬਾਰ ਸ਼ਰੀਫ, ਸਲਾਮ ਪੇਸ਼ ਕਰਦੇ, ਸਲਾਮ ਪੇਸ਼ ਕਰਕੇ ਆਪਣੀ ਮਿੰਨਤ ਜੋ ਵੀ ਹੈ ਉਹ ਇੱਥੇ ਡਾਲਦੇ, ਜੋ ਵੀ ਉਹਨਾਂ ਦਾ ਪੂਰਾ ਹੁੰਦਾ ਸਾਰਾ ਕੁਝ। ਵਜ਼ੂ ਖਾਨਾ ਜੀ, ਧੁੰਦ ਇੰਨੀ ਜੀ ਹੈ ਕਿ ਇੱਥੇ ਨਜ਼ਰ ਵੀ ਦਰਬਾਰ ਸ਼ਰੀਫ ਦਸਤੀਆਂ 'ਚ ਖੜੋ ਕੇ ਦਰਬਾਰ ਸ਼ਰੀਫ ਵੀ ਮੁਕੰਮਲ ਸਹੀ ਤਰ੍ਹਾਂ ਨਜ਼ਰ ਨਹੀਂ ਆ ਰਿਹਾ। ਇੰਨੀ ਸਰਦੀ ਹੈ ਕਿ ਮੇਰੇ ਪਾਉਂ ਜਿਹੜੇ ਫੁੱਲ ਸੁੰਨ ਹੋ ਗਏ ਸਰਦੀ ਦੇ ਨਾਲ, ਇਸ ਤਰ੍ਹਾਂ ਜਿਸ ਤਰ੍ਹਾਂ ਨਾਲ ਹੀ ਨਹੀਂ ਹੈ।